ਹੋਊਗੀ, ਲੰਗਰ ਭੰਡਾਰਾ ਪ੍ਰੋਪਰ ਚੱਲੂਗਾ। ਜਿਹੜੇ ਬੰਦਿਆਂ ਕੋਲ ਕੋਈ ਆਪਣਾ ਸਮਾਧਾਨ ਹੈਗਾ, ਗੱਡੀ ਕਾਰ ਜਿਸ ਵੀ ਜਾ ਸਕਦੇ ਹੋ, ਉਹ ਆਪਣੇ ਆਪਣਾ ਸਾਧਨ ਲੈ ਕੇ ਪਹੁੰਚਣਗੇ। ਜਿਹਨਾਂ ਕੋਲ ਨਹੀਂ ਹੈਗਾ ਉਹ ਆਪਣਾ ਆਪਣਾ ਨਾਮ ਆਫਿਸ 'ਚ ਲਿਖਾ ਕੇ ਜਾਣਗੇ ਅੱਜ, ਜੇ ਜਾਣਾ ਚਾਹੁੰਦੇ ਹੈ। ਔਰ ਸਾਧਨ ਨਹੀਂ ਹੈਗਾ, ਦਰਬਾਰ ਤੋਂ ਰਾਈਟ 4 ਵਜੇ ਬੱਸਾਂ ਚੱਲਣਗੀਆਂ, 4 ਵਜੇ ਚੰਗੀਆਂ 4 ਬੱਸਾਂ ਇੱਥੋਂ ਰਵਾਨਾ ਹੋਣਗੀਆਂ, ਰਾਈਟ 4 ਵਜੇ ਅੰਗਰੇਜ਼ਾਂ ਵਾਲਾ ਟਾਈਮ, 4 ਵਜੇ ਇੱਥੋਂ ਰਵਾਨਾ ਹੋਣਗੀਆਂ ਔਰ ਦਰਬਾਰ 'ਤੇ ਜਾਣਗੀਆਂ। ਜਿਹਨਾਂ ਕੋਲ ਕੋਈ ਸਾਧਨ ਹੈਗਾ ਉਹ ਆਪਣੇ ਆਪ ਆਉਣਗੇ, ਔਰ ਨਾਲ ਜਿਹਨੂੰ ਕੋਈ ਇੱਕ ਦੂਜੇ ਦੀ ਦਸਹਾਰਾ ਮੰਗਦਾ ਲਿਆਉਣ ਵਾਸਤੇ ਲਿਆ ਸਕਦੇ, ਅੱਛੀ ਗੱਲ ਹੈ, ਇਹ ਵੀ ਪੁੰਨ ਦਾ ਕੰਮ ਹੈ। ਜਿਹਨਾਂ ਕੋਲ ਸਾਧਨ ਨਹੀਂ ਹੈਗਾ, ਲੇਕਿਨ ਨਾਮ ਉਹੀ ਲਿਖਾ ਕੇ ਜਾਇਓ ਜਿਹਨੇ ਆਉਣਾ, ਇਹ ਨਾ ਹੋਵੇ ਤੁਸੀਂ ਆਪਣਾ ਨਾਮ ਲਿਖਾ ਕੇ ਜਾਓ ਔਰ ਤੁਹਾਡੀ ਜਗ੍ਹਾ 'ਤੇ ਕੋਈ ਹੋਰ ਬੰਦਾ ਵੀ ਰਹਿ ਜਾਵੇ, ਕਿਉਂਕਿ ਅਸੀਂ ਸੀਟਾਂ ਦੇ ਹਿਸਾਬ ਨਾਲ ਹੀ ਬੱਸਾਂ ਕਰਦੇ। ਆਉਣ ਵਾਲੀ 31 ਤਰੀਕ ਭੰਡਾਰਾ ਸਰਕਾਰ ਦੀ ਮਹਿਫਲ, ਔਰ ਉਸ ਤੋਂ ਬਾਅਦ ਇੱਕ ਇਬਾਦਤ ਕਰਾਂਗੇ ਕਿ ਸਰਕਾਰ ਦੇ ਆਸਥਾਨੇ ਦਾ ਕੰਮ ਚੱਲ ਰਿਹਾ। ਲੈਂਟਰ ਮੈਨੂੰ ਉਮੀਦ ਹੈ ਵੀ ਅਗਲੇ ਵੀਰਵਾਰ ਤੋਂ ਪਹਿਲਾਂ ਰਸਤਾ ਸਾਰਾ ਬਣ ਜੂਗਾ, ਖੁੱਲ ਜੂਗਾ। ਬੜੀ ਸਭ ਨੇ ਦੇਖੋ ਆਸ਼ਿਕ ਕਿੱਦਾਂ ਦੇ ਹੈ ਨਾ, ਮੈਂ ਆਸ਼ਿਕ ਦੇਖ ਰਿਹਾ ਸੀ ਬਾਹਰ ਖੜੇ ਹੋਣ, ਉਹ ਆਸ਼ਿਕ ਰਸਤਾ ਵੀ ਹੈ ਨੀਗਾ, ਫਿਰ ਵੀ ਉਹ ਇੱਦਾਂ ਕਰਕੇ ਸਰਕਾਰ ਤੱਕ ਪਹੁੰਚ ਹੀ ਜਾਂਦੇ ਨੇ, ਉਹਨਾਂ ਨੂੰ ਆਸ਼ਿਕ ਕਹਿੰਦੇ। ਦੇਖੋ ਰਸਤਾ ਕਿੰਨਾ ਘੱਟ ਹੈ, ਉਹ ਰਸਤੇ ਬਣਾਉਣ ਨੂੰ ਕਿ ਨਾ ਸਰਕਾਰ ਦੇ ਜ਼ਿਆਰਤ ਨੂੰ ਪਹੁੰਚ ਜਾਂਦੇ, ਦਰਸ਼ਨ ਨੂੰ ਪਹੁੰਚ ਜਾਂਦੇ ਨੇ, ਉਹਨੂੰ ਆਸ਼ਿਕ ਕਹਿੰਦੇ ਆ ਮੇਰੀ ਸਰਕਾਰ। ਅਗਲੇ ਵੀਰਵਾਰ ਤੋਂ ਪਹਿਲਾਂ ਉਮੀਦ ਹੈ ਲੈਂਟਰ ਖੁੱਲ ਜੂਗਾ, ਕਾਫੀ ਹੱਦ ਤੱਕ ਰਸਤੇ ਬਣ ਜਾਣਗੇ, ਕਿਉਂਕਿ 1 ਤਰੀਕ ਨੂੰ ਸਾਰੀ ਸੰਗਤ ਇੱਥੇ ਮੱਥਾ ਟੇਕਣ ਆਉਂਦੀ ਹੁੰਦੀ ਹੈ, ਉਸ ਤੋਂ ਪਹਿਲਾਂ ਸਾਡੀ ਕੋਸ਼ਿਸ਼ ਰਹੂਗੀ, ਕਾਫੀ ਕੰਮ ਹੋ ਜੇ, ਲੇਕਿਨ ਹਲੇ ਕੰਮ ਬਹੁਤ ਬਾਕੀ ਹੈ, ਸਾਰਾ ਕੰਮ ਹੋਣਾ ਦਰਬਾਰ ਦਾ। ਸਭ ਨੇ ਦੁਆ ਕਰਨੀ ਹੈ, ਅਰਦਾਸ ਕਰਨੀ ਹੈ ਕਿ ਸਰਕਾਰ ਅੱਗੇ ਜਿੱਦਾਂ ਜਿੱਦਾਂ ਤੁਹਾਨੂੰ ਪਸੰਦ ਹੈ ਇਹਨਾਂ ਬੱਚਿਆਂ ਦੇ ਉੱਥੋਂ ਉੱਦਾਂ ਉੱਦਾਂ ਕਰਾਉਂਦੇ ਰਹੀਏ। ਸਭ ਨੇ 1 ਮਿੰਟ ਲਈ ਦੁਆ ਕਰਨੀ ਹੈ, ਅਰਦਾਸ ਕਰਨੀ ਹੈ ਕਿ ਸਰਕਾਰ ਜਿੱਦਾਂ ਜਿੱਦਾਂ ਤੁਹਾਨੂੰ ਪਸੰਦ ਹੈ ਇਹਨਾਂ ਬੱਚਿਆਂ ਕੋਲੋਂ, ਅੱਗੇ ਅਜੇ POP ਦਾ ਕੰਮ ਹੋਣਾ, ਗੱਦੀ ਦਾ ਕੰਮ, ਸ਼ੀਸ਼ੇ ਦਾ, ਜੋ ਮੈਨੂੰ ਇੰਡੀਆ 'ਚ ਪਸੰਦ ਹੀ ਨਹੀਂ ਆ ਰਿਹਾ, ਪਤਾ ਨਹੀਂ ਕਿੱਦਾਂ ਦਾ ਬੰਦਾ ਬਣ ਗਿਆ ਮੈਂ। ਲੇਕਿਨ ਪਹਿਲਾਂ ਵੀ ਤੁਸੀਂ ਕਰਵਾਇਆ, ਸਭ ਨੇ ਦੁਆ ਕਰਕੇ ਹੁਣ ਵੀ ਆਪਾਂ ਕਰਾਉਣਾ ਕਿ ਸਰਕਾਰ ਜਿੱਦਾਂ ਜਿੱਦਾਂ ਤੁਹਾਨੂੰ ਪਸੰਦ ਹੈ ਇਹਨਾਂ ਬੱਚਿਆਂ ਦੇ ਹੱਥੋਂ ਕਰਵਾਉਂਦੇ ਰਹੀਓ। ਮਨ ਨਾਲ ਦੁਆ ਕਰੀਏ, ਜੈਕਾਰਾ ਨਿਗਾਹੇ ਵਾਲੇ ਪੀਰ ਦਾ, ਜੈਕਾਰਾ ਕੋਟਲੇ ਵਾਲੀ ਸਰਕਾਰ ਦਾ। ਆਓ 1 ਮਿੰਟ ਲਈ ਅਰਦਾਸ ਕਰੀਏ ਉਹਨਾਂ ਸਾਰਿਆਂ ਲਈ ਜੋ ਸਰਕਾਰ ਦੀ ਵਾਰਗਾ 'ਚ ਬੈਠੇ ਹੋਏ ਨੇ, ਜਿੱਦਾਂ ਦੀਆਂ ਮਨੋਕਾਮਨਾ ਲੈ ਕੇ ਆਏ ਹੈ। ਮੈਂ ਪਹਿਲਾਂ ਵੀ ਕਿਹਾ ਸੀ, ਪਿਛਲੇ ਹਫ਼ਤੇ ਤੁਸੀਂ ਰੌਲਾ ਪਾਇਆ ਸੀ, ਮੈਂ ਫਿਰ ਕਹਿਣ ਲੱਗਿਆ, ਕੁਛ ਮਿਲੇ ਨਾ ਮਿਲੇ, ਹੁਕਮ ਹੋਵੇ ਨਾ ਹੋਵੇ, ਜਿਹੜਾ ਨੇਚਰ ਨਾਲ ਸਲਾਮ ਕਰਕੇ ਜਾਊਗਾ, ਚੌਂਕੀ ਭਰ ਕੇ ਜਾਊਗਾ, ਮੈਂ ਪ੍ਰੋਮਿਸ ਕਰਦਾ, ਵਾਅਦਾ ਕਰਦਾ ਇਸ ਗੱਲ ਦਾ ਕਿ ਜਿਹੜਾ ਵੀ ਕੰਮ ਜਾਇਜ਼ ਹੋਊਗਾ ਤੁਹਾਡਾ ਸਰਕਾਰ ਤੋਂ ਕਰਾ ਕੇ ਦੇਊਗਾ, ਮੇਰਾ ਪ੍ਰੋਮਿਸ ਹੈ ਇਸ ਗੱਲ। ਜਿਹੜਾ ਕੰਮ ਕੋਈ ਨਹੀਂ ਹੁੰਦਾ ਹੋਊਗਾ ਉਹ ਵੀ ਕਰਵਾ ਕੇ ਦੇਊਂਗਾ, ਲੇਕਿਨ ਜਾਇਜ਼ ਕੰਮ। ਥੋੜ੍ਹੀ ਨੈਗੇਟਿਵਿਟੀ ਆਪਣੇ ਅੰਦਰੋਂ ਕੱਢ ਦਿਓ, ਜੇ ਨੈਗੇਟਿਵਿਟੀ ਭਰੀ ਰੱਖਣੀ ਹੈ ਫਿਰ ਜਿੰਨੇ ਮਰਜ਼ੀ ਬਾਬੇ ਕੋਲ ਬਾਜੀ ਕੁਛ ਵੀ ਨਹੀਂ ਬਣਦਾ। ਲਾਈਨ ਵਾਈਜ਼, ਟਰਨ ਵਾਈਜ਼ ਟਰਨ, ਸਭ ਨੇ ਆਪਣੀ ਲਾਈਨ 'ਚ ਬੈਠ ਕੇ ਰਹਿਣਾ। ਅੰਸ਼ ਬਾਬਾ ਜੀ ਇੱਥੇ ਚੌਂਕੀ ਲਾਉਣਗੇ, 1-2 ਹਫ਼ਤੇ ਹੈ, ਉਸ ਤੋਂ ਬਾਅਦ ਅੰਦਰ ਬਾਹਰ ਦੋਨੇ ਪਾਸੇ ਚੌਂਕੀ ਸਟਾਰਟ ਹੋ ਜੂਗੀ, ਸ਼ਾਇਦ ਨੈਕਸਟ ਵੀਕ ਜਾਂ ਉਸ ਤੋਂ ਨੈਕਸਟ ਵੀਕ ਦੋਨੇ ਪਾਸੇ ਚੌਂਕੀ ਸਟਾਰਟ ਹੋ ਜੂਗੀ। ਪਹਿਲਾਂ ਭੰਡਾਰਾ ਦੀ ਪੁੱਛ ਹੁੰਦੀ ਹੈ, ਜਿਹੜਾ ਮੰਗਲਵਾਰ ਦਾ ਭੰਡਾਰਾ, ਅਮਰੇਕੋਟਲੇ ਦਾ ਭੰਡਾਰਾ, ਜਿੰਨੇ ਵੀ ਭੰਡਾਰੇ ਹੁੰਦੇ, ਪਹਿਲਾਂ 2-3 ਪੁੱਛਾਂ ਹੁੰਦੀਆਂ ਨੇ, ਉਸ ਤੋਂ ਬਾਅਦ ਟਰਨ ਬਾਈ ਟਰਨ ਨੰਬਰ ਸ਼ੁਰੂ ਹੁੰਦਾ। ਸਭ ਨੇ ਆਪਣੀ ਆਪਣੀ ਜਗ੍ਹਾ 'ਤੇ ਜਿਵੇਂ ਜਿਵੇਂ ਨੰਬਰ ਆਉਂਦਾ ਉੱਦਾਂ ਪੁੱਛਣਾ, ਜਿਵੇਂ ਸੇਵਾ ਲੱਗਦੀ ਹੈ ਦਿਲ ਨਾਲ ਕਰਨੀ ਹੈ। ਜੇਕਰ ਕੰਮ ਨਹੀਂ ਹੋਊਗਾ ਤਾਂ ਮੈਂ ਸਰਕਾਰ ਤੋਂ ਕਰਾ ਕੇ ਦੇਊਂ, ਤੁਹਾਡਾ ਮੇਰਾ ਵਾਅਦਾ ਹੈ ਇਸ ਗੱਲ ਦਾ। ਇਹਨਾਂ ਸੇਵਾਦਾਰਾਂ ਲਈ ਜਿਹੜੇ ਪ੍ਰੇਮ ਧਾਮ ਦੇ ਸੇਵਾਦਾਰ ਨੇ, ਅਰਦਾਸ ਕਰਿਆ ਕਰੋ ਕਿ ਸੇਵਾਦਾਰ ਦਿਲ ਤੋੜ ਨਾਲ ਸੇਵਾ ਕਰਦੇ ਨੇ, ਇਹ ਵੀ ਸਰਕਾਰ ਹਮੇਸ਼ਾ ਖੁਸ਼ ਰਹਿਣ। ਔਰ ਜਿਹੜੇ ਬੰਦੇ ਮੇਲੇ ਦੇ ਵਿੱਚ ਆਉਣ ਵਾਲਾ ਮੇਲਾ ਆ ਰਿਹਾ 21-22 ਅਪ੍ਰੈਲ ਦਾ, ਜਾਂ ਪ੍ਰੇਮ ਧਾਮ ਦੇ ਉੱਪਰ ਕਿਸੇ ਪ੍ਰਕਾਰ ਦੇ ਨਵੇਂ ਸੇਵਾਦਾਰ ਜੁੜਨਾ ਚਾਹੁੰਦੇ ਨੇ, ਸੇਵਾ ਕਰਨੀ ਚਾਹੁੰਦੇ ਨੇ, ਮਨ ਦੀ ਇੱਛਾ ਹੈ ਕਿ ਅਸੀਂ ਵੀਰਵਾਰ ਸੇਵਾ ਕਰਿਆ ਕਰੀਏ ਦਰਬਾਰ ਦੇ ਉੱਪਰ, ਉਹ ਆਪਣਾ ਆਪਣਾ ਨਾਮ ਪਲੀਜ਼ ਲਿਖਵਾ ਕੇ ਜਾਣ, ਫਾਰਮ ਮਿਲਣਗੇ ਇੱਥੋਂ,
ਫਾਰਮ ਮਿਲਣਗੇ ਆਫਿਸ ਚੋਂ, ਫਾਰਮ ਭਰ ਕੇ ਤੁਸੀਂ ਅਗਲੇ ਵੀਰਵਾਰ ਜਮ੍ਹਾਂ ਕਰਵਾ ਦੋਗੇ, ਅਗਲੇ ਵੀਰਵਾਰ ਤੁਹਾਡਾ ਕਾਰਡ ਬਣ ਜਾਣਾ, ਉਸ ਤੋਂ ਬਾਅਦ ਤੁਸੀਂ ਦਰਬਾਰ ਦੇ ਉੱਪਰ ਸੇਵਾ ਕਰ ਸਕਦੇ ਹੋ, ਮੇਲੇ ਦੇ ਵਿੱਚ, ਲੰਗਰ ਹਾਲ ਦੇ ਵਿੱਚ, ਜੋੜਾ ਘਰ ਦੇ ਵਿੱਚ, ਪੰਡਾਲ ਦੇ ਵਿੱਚ, ਉਹ ਸੇਵਾ। ਜੇ ਕੋਈ ਲੇਡੀਜ਼ ਹੈ, ਕੋਈ ਜੈਂਟਸ ਹੈ, ਸੇਵਾ ਕਰਨਾ ਚਾਹੁੰਦੇ ਆ ਦਿਲ ਨਾਲ, ਤਾਂ ਉਹ ਆਪਣਾ ਨਾਮ ਫਾਰਮ ਲੈ ਕੇ ਜਾਣਗੇ ਔਰ ਭਰ ਕੇ ਫਾਰਮ ਵਾਪਿਸ ਦਰਬਾਰ 'ਤੇ ਜਮ੍ਹਾਂ ਕਰਵਾਉਣਾ। ਠੀਕ ਹੈ ਜੀ, ਆਓ ਹੁਣ ਇੱਕ ਮਿੰਟ ਲਈ ਅਰਦਾਸ ਕਰੀਏ ਕਿ ਸਰਕਾਰ ਜਿੰਨੀ ਸੰਗਤ ਬੈਠੀ ਹੈ ਤੇਰੇ ਦਰਬਾਰ 'ਤੇ, ਜੋ ਮਨ 'ਚ ਮਨੋਕਾਮਨਾ ਲੈ ਕੇ ਆਏ ਆ, ਇਹਨਾਂ ਸਭ ਦੀਆਂ ਜਾਇਜ਼ ਮਨੋਕਾਮਨਾ ਪੂਰੀਆਂ ਕਰੇ। ਜੇ ਕਰਾ ਸ਼੍ਰੀ ਪ੍ਰੇਮ ਨਾਮ ਸਰਕਾਰ ਦਾ, ਛੋਟੀ ਛੋਟੀ ਦੁਆ ਰੂਟੀਨ ਦੇ ਵਿੱਚ ਕਰਿਆ ਕਰੋ, ਨਿੱਕੀਆਂ ਨਿੱਕੀਆਂ ਦੁਆਵਾਂ ਕਿ ਸਰਕਾਰ ਕਿਸੇ ਬੱਚੇ ਦੀ ਅਸੀਂ ਰਤ ਨਾ ਹੋਵੇ, ਜਿਹਦੀ ਮਾਂ ਬਾਪ ਨੂੰ ਅਰਥੀ ਚੱਕਣੀ ਪਵੇ ਕਦੀ ਜ਼ਿੰਦਗੀ। ਸਾਰੇ ਫੌਜੀ ਜੋ ਸਰਹੰਦ ਤੇ ਖੜੇ ਨੇ, ਉਹ ਆ ਕੇ ਆਪਣੇ ਪਰਿਵਾਰ ਨੂੰ ਮਿਲ ਸਕਣ, ਨਿੱਕੀ ਨਿੱਕੀ ਦੁਆਵਾਂ ਹੁੰਦੀਆਂ ਨੇ। ਕਿਸੇ ਦੀ ਵਿਆਹੀ ਕੁੜੀ ਵਾਪਿਸ ਘਰ ਨਾ ਆਵੇ, ਜੇਕਰ ਵਾਪਿਸ ਘਰ ਆਵੇ ਤਾਂ ਇੰਨੀ ਖੁਸ਼ੀ ਨਾਲ ਦੱਸੇ ਕਿ ਆਪਣੇ ਪੁਰਾਣੇ ਸਾਰੇ ਗਮ ਭੁੱਲ ਜਾਵੇ। ਕਿਸੇ ਦਾ ਦਿਲ ਦਾ ਪਿਆਰ, ਸੱਚਾ ਪਿਆਰ ਜ਼ਿੰਦਗੀ 'ਚ ਅਲੱਗ ਨਾ ਹੋਵੇ, ਨਿੱਕੀਆਂ ਨਿੱਕੀਆਂ ਦੁਆਵਾਂ ਕਰਿਆ ਕਰੋ। ਇਹ ਦੁਆਵਾਂ ਨਾਲ ਸਰਕਾਰ ਖੁਸ਼ ਹੁੰਦੇ ਨੇ। ਅੱਜ ਸੰਗਤ ਦੀਆਂ ਚੌਂਕੀਆਂ ਮਨਜ਼ੂਰ ਨੇ, ਸ਼ੇਖਾਂ ਸਾਂਝਾਂ ਨੂੰ ਖਵਾਓ, ਅੱਜ ਸੰਗੋ ਲੰਗਰ ਛਕਾਓ, ਫਿਰ ਹੁਕਮ ਦੇਵਾਂ ਜੀ ਤੁਹਾਨੂੰ। ਪੱਕੀਆਂ ਲੱਗ ਗਈਆਂ ਮੇਰੇ ਖਦਰੀ ਸ਼ੇਖ ਦੇ ਨਾਲ, ਪੱਕੀਆਂ ਲੱਗ ਗਈਆਂ ਮੇਰੇ ਖਦਰੀ ਸ਼ੇਖ ਦੇ ਨਾਲ, ਪੱਕੀਆਂ ਲੱਗ ਗਈਆਂ ਕੋਟਲੇ ਵਾਲੀ ਸਰਕਾਰ, ਪੱਕੀਆਂ ਲੱਗ ਗਈਆਂ। ਉਹ ਜੋ ਵੀ ਤੇਰੇ ਦਰ ਤੇ ਆਇਆ ਕਦੇ ਨਹੀਂ ਠੁਕਰਾਇਆ, ਜੋ ਵੀ ਤੇਰੇ ਦਰ ਤੇ ਆਇਆ ਕਦੇ ਨਹੀਂ ਠੁਕਰਾਇਆ, ਦੁਨੀਆਂ ਦੇ ਕੋਨੇ ਕੋਨੇ ਵਿੱਚ ਅਲੀ ਸਲਾਮ ਫਲਾਇਆ, ਪੱਕੀਆਂ ਲੱਗ ਗਈਆਂ ਮੇਰੇ ਖਦਰੀ ਸ਼ੇਖ ਦੇ ਨਾਲ, ਪੱਕੀਆਂ ਲੱਗ ਗਈਆਂ ਕੋਟਲੇ ਵਾਲੀ ਸਰਕਾਰ, ਪੱਕੀਆਂ ਲੱਗ ਗਈਆਂ। ਕਾਲਾ ਰੰਗ ਮੁਹੰਮਦ ਰੰਗਿਆ ਲੈ ਕੇ ਕਬਲੀ ਕਾਲੀ, ਕਾਲਾ ਰੰਗ ਮੁਹੰਮਦ ਰੰਗਿਆ ਲੈ ਕੇ ਕਬਲੀ ਕਾਲੀ, ਅੱਖੋਂ ਮਜਨੂੰ ਜਦ ਕਰ ਲਾਇਆ ਕਾਲੀ, ਮੁਹੰਮਦ ਰੰਗਿਆ ਲੈ ਕੇ ਕਬਲੀ ਕਾਲੀ, ਅੱਖੋਂ ਮਜਨੂੰ ਜਦ ਕਰ ਲਾਇਆ ਅੱਖਾਂ ਦੇਖਣ ਵਾਲੀ, ਪੱਕੀਆਂ ਲੱਗ ਗਈਆਂ ਮੇਰੇ ਹਜ਼ਰੇ ਸ਼ੇਖ ਸਰਕਾਰ, ਪੱਕੀਆਂ ਲੱਗ ਗਈਆਂ ਮੇਰੇ ਹਜ਼ਰੇ ਸ਼ੇਖ ਸਰਕਾਰ, ਪੱਕੀਆਂ। ਸੋਨੇ
ਕੇ ਦੀਦਾਰ ਸੋਹਣਿਆ ਤੇਰਾ ਰੱਬ ਤੋਂ ਵੀ ਵੱਧ ਕੇ ਦੀਦਾਰ ਸੋਹਣਿਆ ਤੇਰਾ ਰੱਬ ਤੋਂ ਵੀ ਵੱਧ ਕੇ ਦੀਦਾਰ ਸੋਹਣਿਆ ਇੱਕ ਤੂੰ ਹੋਵੇ Thank you.
ਸਾਰਿਆਂ ਪੀਰਾਂ ਦਾ ਅਲੀ ਪੀਰੇ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਹੋ ਰੱਬ ਨੇ ਬਣਾਇਆ ਬੇਨਜ਼ੀਰੇ, ਹੋ ਸਾਰਿਆਂ ਪੀਰਾਂ ਦਾ ਅਲੀ ਪੀਰੇ, ਰੱਬ ਨੇ ਬਣਾਇਆ ਬੇਨਜ਼ੀਰੇ, ਬਣ ਕੇ ਨਬੀ ਦਾ ਵਜ਼ੀਰੇ, ਬਣ ਕੇ ਨਬੀ ਦਾ ਵਜ਼ੀਰੇ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਰੱਬ ਨੇ ਬਣਾਇਆ ਬੇਨਜ਼ੀਰੇ, ਖੈਬਰੀ ਪੰਜ ਨਾਰਾ ਪੰਜਣੀ ਦਬਾ ਲੱਖ ਨਾਰਾ ਖੈਦਰੀ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਰੱਬ ਨੇ ਬਣਾਇਆ ਬੇਨਜ਼ੀਰੇ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਰੱਬ ਨੇ ਬਣਾਇਆ ਬੇਨਜ਼ੀਰੇ, ਅਲੀ ਦਾ ਮਲੰਗਾ ਮੈਂ ਤਾਂ ਅਲੀ ਅਲੀ ਕਮਾਗਾ, ਅਲੀ ਦਾ ਮਲੰਗਾ ਮੈਂ ਤਾਂ ਅਲੀ ਅਲੀ ਕਮਾਗਾ, ਹੋ ਅਲੀ ਦਾ ਮਲੰਗਾ ਮੈਂ ਤਾਂ ਅਲੀ ਅਲੀ ਕਮਾਗਾ, ਅਲੀ ਦਾ ਮਲੰਗਾ ਮੈਂ ਤਾਂ ਅਲੀ ਅਲੀ ਕਮਾਗਾ, ਪੰਜ ਨਾਰਾ ਪੰਜਣੀ ਦਬਾ ਲੱਖ ਨਾਰਾ ਖੈਦਰੀ, ਸਾਰਿਆਂ ਪੀਰਾਂ ਦਾ ਅਲੀ ਪੀਰੇ, ਬਣਾਇਆ